ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਾਲੇ ਤਕਰਾਰ ਤੇ ਵਿਵਾਦ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਦੌਰਾਨ ਹੁਣ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਾਈ ਗਈ ਇੱਕ ਅਰਜੀ ਦੇ ਆਧਾਰ ਦੇ ਉੱਤੇ ਸੁਣਵਾਈ ਹੋ ਰਹੀ ਹੈ। ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕਰ ਦਿੱਤੀ ਹੈ ਤੇ ਰਾਜਪਾਲ ਨੂੰ ਨਾਲ ਦੇ ਨਾਲ ਸਲਾਹ ਵੀ ਦਿੱਤੀ ਗਈ ਹੈ। ਆ ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੇ ਵਿਵਾਦ ਆ ਜਿਹੜੇ ਉਹ ਆਪਣੇ ਪੱਧਰ ਦੇ ਉੱਤੇ ਸੁਲਝਾਉਣੇ ਚਾਹੀਦੇ ਨੇ ਮਾਮਲਾ ਇੱਥੋਂ ਤੱਕ ਪੁੱਜਣਾ ਹੀ ਨਹੀਂ ਚਾਹੀਦਾ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਅਰਜੀ ਲੈ ਕੇ ਗਈ ਹੈ ਦੱਸ ਦਈਏ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਜਿਹੜਾ ਬੀਤੇ ਦਿਨ ਸੈਸ਼ਨ ਅਨਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਉਸ ਵਿੱਚ ਸਪੀਕਰ ਨੂੰ ਬੇਨਤੀ ਕੀਤੀ ਗਈ ਕਿ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ ਸੁਪਰੀਮ ਕੋਰਟ ਦੇ ਤੋਂ ਹੀ ਰਾਤ ਲੈ ਕੇ ਆਵਾਂਗੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਸੁਪਰੀਮ ਕੋਰਟ ਜਾ ਚੁੱਕੀ ਹੈ ਜਦੋਂ ਰਾਜਪਾਲ ਨੂੰ ਵੀ ਸਲਾਹ ਦਿੱਤੀ ਗਈ ਸੀ ਸੁਪਰੀਮ ਕੋਰਟ ਵੱਲੋਂ ਤੇ ਪੰਜਾਬ ਸਰਕਾਰ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਮੇਸ਼ਾ ਹੀ ਰਾਜਪਾਲ ਨੂੰ ਲੈ ਕੇ ਇੱਕ ਗਿਲਾ ਜਰੂਰ ਰਿਹਾ ਹੈ ਕਿ ਕੋਈ ਨਾ ਕੋਈ ਕੰਮ ਦੇ ਵਿੱਚ ੜਿੱਕਾ ਪਾ ਦਿੰਦੇ ਨੇ ਪਰ ਦੂਜੇ ਪਾਸੇ ਰਾਜਪਾਲ ਦਾ ਕਹਿਣਾ ਹੈ ਕਿ ਉਹ ਜਿੰਨੀਆਂ ਚਿੱਠੀਆਂ ਲਿਖਦੇ ਨੇ ਉਹਨਾਂ ਦਾ ਜਵਾਬ ਸਮੇਂ ਸਿਰ ਦੇ ਉੱਤੇ ਉਹਨਾਂ ਨੂੰ ਨਹੀਂ ਮਿਲਦਾ ਹਾਲਾਂਕਿ ਇਸ ਤੋਂ ਪਹਿਲਾਂ ਤਿੰਨ ਬਿੱਲ ਸੀ ਜਿਹੜੇ ਮੜੀ ਬਿੱਲ ਉਹਨਾਂ ਵਿੱਚੋਂ ਦੋ ਨੂੰ ਪ੍ਰਵਾਨਗੀ ਦੇ ਚੁੱਕੇ ਨੇ ਰਾਜਪਾਲ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੀ ਕਾਨੂੰਨੀ ਸਲਾਹ ਲੈ ਕੇ ਅਰ ਤੀਜੇ ਬਿੱਲ ਤੇ ਕਿਹਾ ਕਿ ਉਹਨਾਂ ਨੇ ਹਾਲੇ ਉਹ ਕਾਨੂੰਨੀ ਸਲਾਹ ਲੈ ਰਹੇ ਨੇ ਔਰ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਰਾਹਤ ਲੈਣ ਦੇ ਲਈ ਸੁਪਰੀਮ ਕੋਰਟ ਚਲੀ ਗਈ। ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਯਾਚਿਕਾ ਪਾਈ ਗਈ ਪਟੀਸ਼ਨ ਪਾਈ ਗਈ ਉਸ ਮਸਲੇ ਦੇ ਉੱਤੇ ਚੀਫ ਜਸਟਿਸ ਨੇ ਕਿਹਾ ਹੈ ਕਿ ਐਸੇ ਮਸਲਿਆਂ ਨੂੰ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਸੁਲਝਾ ਲੈਣਾ ਚਾਹੀਦਾ ਹੈ। ਸੁਪਰੀਮ ਕੋਰਟ ਦੀ ਰਾਜਪਾਲ ਨੂੰ ਸਲਾਹ ਵੀ ਦਿੱਤੀ ਗਈ ਹੈ ਔਰ ਨਾਲ ਹੀ ਪੰਜਾਬ ਸਰਕਾਰ ਦੀ ਯਾਚਿਕਾ ਦੇ ਉੱਤੇ ਸੁਣਵਾਈ ਹੋ ਰਹੀ ਹੈ ਜਿਸ ਦੇ ਵਿੱਚ ਅਹਿਮ ਟਿੱਪਣੀਆਂ ਹੋ ਰਹੀਆਂ ਨੇ। ਹਾਲਾਂਕਿ ਵਿਧਾਨ ਸਭਾ ਦੇ ਬੁਲਾਏ ਗਏ ਸੈਸ਼ਨ ਨੂੰ ਗੈਰ ਕਾਨੂੰਨੀ ਰਾਜਪਾਲ ਨੇ ਪਹਿਲਾਂ ਦੱਸਿਆ ਸੀ ਫਿਰ ਸਦਨ ਦੇ ਵਿੱਚ ਜਿਹੜੇ ਪਾਸ ਕੀਤੇ ਗਏ ਬਿੱਲਾਂ ਨੂੰ ਮਨਜ਼ੂਰੀ ਨਾ ਦਿੱਤੀ ਤਾਂ ਫਿਰ ਸੁਪਰੀਮ ਕੋਰਟ ਦਾ ਹਵਾਲਾ ਦਿੱਦਿਆ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜਾਵਾਂਗੇ ਔਰ ਉੱਥੇ ਦੱਸਾਂਗੇ ਕਿ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜਾਂ ਗੈਰ ਕਾਨੂੰਨੀ ਹੈ ਹਾਲਾਂਕਿ ਉਸ ਵੇਲੇ ਇਸ ਕਰਕੇ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ ਕਿਤੇ ਇਹ ਨਾ ਹੋਵੇ ਕਿ ਇਧਰੋਂ ਬਿੱਲ ਪਾਸ ਹੋਣ ਔਰ ਰਾਜਪਾਲ ਉਸ ਨੂੰ ਗੈਰ ਕਾਨੂੰਨੀ ਜਿਵੇਂ ਦੱਸ ਰਹੇ ਨੇ ਸੈਸ਼ਨ ਨੂੰ ਵੀ ਕਿ ਮੈਨੂੰ ਤਾਂ ਪੁੱਛਿਆ ਤੱਕ ਨਹੀਂ ਗਿਆ ਤਾਂ ਇਸ ਢੰਗ ਦੇ ਨਾਲ ਕਿਤੇ ਉਹ ਬਿਲ ਸਟੈਂਡ ਹੀ ਨਹੀਂ ਗੱਲ ਨੂੰ ਕਰਨਗੇ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਬੁਲਤਵ ਹੀ ਕਰ ਦਿੱਤਾ ਸਪੀਕਰ ਨੂੰ ਬੇਨਤੀ ਕਰਕੇ ਸੈਸ਼ਨ ਵਿਰੋਧੀ ਤੇ ਰੌਲਾ ਪਾਉਂਦੇ ਨੇ ਕਿ ਅਸੀਂ ਤਸਵੀਰ ਦੇ ਪੁੱਛ ਰਹੇ ਸੀ ਕਿ ਕਾਨੂੰਨੀ ਐ ਸੈਸ਼ਨ ਜਾਂ ਗੈਰ ਕਾਨੂੰਨੀ ਹੈ ਰਾਜਪਾਲ ਤਾਂ ਗੈਰ ਕਾਨੂੰਨੀ ਕਹਿ ਰਹੇ ਨੇ ਤੁਸੀਂ ਕਾਨੂੰਨੀ ਕਹਿ ਰਹੇ ਹੋ ਸਪੀਕਰ ਨੇ ਵੀ ਦਾਵਾ ਕੀਤਾ ਸੀ ਸਪੀਕਰ ਕੋਲਤਾਰ ਸਿੰਘ ਸੰਧਵਾਨ ਨੇ ਉਸ ਸੈਸ਼ਨ ਦੇ ਵਿੱਚ 20 ਅਕਤੂਬਰ ਵੇਲੇ ਕਿ ਇਹ ਸੈਸ਼ਨ ਬਿਲਕੁਲ ਕਾਨੂੰਨੀ ਹੈ ਕਾਨੂੰਨ ਦੀ ਮਾਨਤਾ ਦੇ ਅੰਦਰ ਹੈ ਇਸੇ ਕਰਕੇ ਹੀ ਬਿੱਲ ਪਾਸ ਹੋ ਰਹੇ ਨੇ ਤਮਣੀ ਬਿੱਲਾਂ ਨੂੰ ਲੈ ਕੇ ਤਿੰਨਾਂ ਚ ਦੋ ਨੂੰ ਮਨਜ਼ੂਰੀ ਭਾਵੇਂ ਰਾਜਪਾਲ ਪਹਿਲਾਂ ਦੇ ਚੁੱਕੇ ਨਹੀਂ ਪਰ ਪੰਜਾਬ ਸਰਕਾਰ ਨੇ ਮਨ ਬਣਾ ਲਿਆ ਸੀ ਕਿ ਸੁਪਰੀਮ ਕੋਰਟ ਜਾਵੇਗੀ ਸੁਣਵਾਈ ਦੇ ਦੌਰਾਨ ਸੀਜੀਆਈ ਨੇ ਕਿਹਾ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਮਾਮਲੇ ਦੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆਉਣ ਤੋਂ ਪਹਿਲਾਂ ਰਾਜਪਾਲ ਦੇ ਤਰਫ ਤੋਂ ਕਾਰਵਾਈ ਕਰਨੀ ਚਾਹੀਦੀ ਹੈ ਇਸੇ ਇਸ ਨੂੰ ਰੋਕਣਾ ਚਾਹੀਦਾ ਹੈ ਰਾਜਪਾਲ ਨੂੰ ਕੋਈ ਕਾਰਵਾਈ ਪਹਿਲਾਂ ਕਰੇ ਜਦੋਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚੇ ਮਾਮਲੇ ਦੀ ਅਗਲੀ ਸੁਣਵਾਈ 10 ਨਵੰਬਰ ਨੂੰ ਰੱਖ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਦੇ ਉੱਤੇ ਅਗਲੀ ਸੁਣਵਾਈ ਹੁਣ 10 ਨਵੰਬਰ ਨੂੰ ਹੋਵੇਗੀ ਅੱਜ ਦਾ ਦਿਨ ਪਹਿਲਾਂ ਮੁਕਰਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਰਾਜਪਾਲ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਚੁਣੇ ਹੋਏ ਵਿਅਕਤੀ ਨਹੀਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਰਾਜਪਾਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਚੁਣੇ ਹੋਏ ਵਿਅਕਤੀ ਨਹੀਂ ਦਰਅਸਲ ਸਰਕਾਰ ਦੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਫਾਈਲ ਕਰਨ ਤੋਂ ਬਾਅਦ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਆਪਣੇ ਸਟੈਂਡ ਤੋਂ ਇੱਕ ਸਾਹ ਦੇ ਨਾਲ ਯੂ ਟਰਨ ਜਿਸ ਨੂੰ ਮੰਨਿਆ ਗਿਆ ਕਿ ਦੋ ਬਿੱਲਾਂ ਦੇ ਉੱਤੇ ਮੋਹਰ ਲਾ ਦਿੱਤੀ ਉਹ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਤਿਆਰ ਤਿੰਨ ਵੱਡੀ ਬਿੱਲਾਂ ਦੇ ਵਿੱਚੋਂ ਦੋ ਨੂੰ ਮਨਜ਼ੂਰੀ ਦੇ ਚੁੱਕੇ ਨੇ ਹਾਲਾਂਕਿ ਇੱਕ ਇੱਕ ਬਿੱਲ ਹੈ ਹਾਲੇ ਵੀ ਲਟਕਿਆ ਹੋਇਆ ਸੁਪਰੀਮ ਕੋਰਟ ਨੇ ਧਾਇਰ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਦੀ طرفੋں ਇਹ ਵੀ ਕਿਹਾ ਗਿਆ ਹੈ ਕਿ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਜਾ ਚੁੱਕੇ ਬਿੱਲਾਂ ਤੇ ਰਾਜਪਾਲ ਮਨਜ਼ੂਰੀ ਨਹੀਂ ਦੇ ਰਿਹਾ। ਰਾਜ ਸਰਕਾਰ ਨੇ ਗਵਰਨਰ ਦੇ ਰਵੱਈਏ ਦੇ ਖਿਲਾਫ 28 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੇ ਬੀਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਸੀ। ਮਾਮਲੇ ਨੂੰ ਅੱਜ ਦੇ ਲਈ ਮੁਲਤਵੀ ਕੀਤਾ ਗਿਆ ਸੀ ਤੇ ਹੁਣ ਫੇਰ ਅਗਲੀ ਸੁਣਵਾਈ ਜਿਹੜੀ 10 ਨਵੰਬਰ ਨੂੰ ਹੋਵੇਗੀ ਉਦੋਂ ਰਾਜ ਸਰਕਾਰ ਨੇ ਜਿੰਨਾ ਦੋ ਮਹੀਨੇ ਬਿੱਲਾਂ ਨੂੰ ਮਨਜ਼ੂਰੀ ਗਵਰਨਰ ਨੇ ਦਿੱਤੀ ਹੈ ਉਸ ਦੇ ਵਿੱਚੋਂ ਜੀਐਸਟੀ ਸਸੋ ਜਿਹੜਾ ਸੋਧ ਬਿੱਲ 223 ਵੀ ਸ਼ਾਵਲ ਹੈ ਇਸ ਦੇ ਤਹਿਤ ਰਾਜ ਦੇ ਵਿੱਚ ਜੀਐਸਟੀ ਜਿਹੜਾ ਟਰਬਿਊਨਲ ਹੈ ਉਹ ਬਣਾਏ ਜਾਣ ਦੀ ਗੱਲ ਹੈ ਦੂਸਰਾ ਬਣੀ ਬਿੱਲ ਦੇ ਵਿੱਚ ਜਿਹੜੀਆਂ ਗਹਿਣੇ ਰੱਖੀਆਂ ਜਾਣ ਵਾਲੀਆਂ ਜਾਇਦਾਦਾਂ ਦੇ ਉੱਤੇ ਸਟੈਂਪ ਡਿਊਟੀ ਲਗਾਉਣ ਦੇ ਨਾਲ ਜੁੜਿਆ ਬਿੱਲ ਹੈ ਹੁਣ ਇੱਕ ਹੋਰ ਸੈਸ਼ਨ ਬਣਾਉਣ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਕਿਹਾ ਗਿਆ ਸੀ ਕਿ ਅਸਾਨੂੰ ਅਗਲਾ ਸੈਸ਼ਨ ਵੀ ਬੁਲਾਉਣਾ ਪਿਆ ਤੇ ਅਸੀਂ ਬੁਲਾ ਲਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਪਰ ਉਸ ਤੋਂ ਪਹਿਲਾਂ ਅਗਲੇ ਸਾਲ ਲੈ ਕੇ ਏਜੀ ਆਫਿਸ ਦੇ ਵਿੱਚ ਕ੍ਰੂਨੀ ਪਹਿਲਵਾਂ ਦੇ ਉੱਤੇ رائے ਲਈ ਜਾ ਚੁੱਕੀ ਹੈ ਵਿਧਾਨ ਸਭਾ ਦੇ ਵਿੱਚ ਅਗਲੀ ਤਾਰੀਖ ਤੈਅ ਕਰਨ ਨੂੰ ਲੈ ਕੇ ਕੈਬਨਟ ਦੀ ਮੀਟਿੰਗ ਦੇ ਵਿੱਚ ਵੀ ਫੈਸਲਾ ਲਿਆ ਜਾ ਸਕਦਾ ਹੈ ਹਾਲ ਦੀ ਘੜੀ ਵਿੱਚ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਅਗਲਾ ਸੈਸ਼ਨ ਨਵੰਬਰ ਮਹੀਨੇ ਦੇ ਵਿੱਚ ਵੀ ਕਿਹੜੀ ਤਾਰੀਖ ਨੂੰ ਪੰਜਾਬ ਸਰਕਾਰ ਬੁਲਾ ਸਕਦੀ ਹੈ ਇਸ ਦੇ ਵਿੱਚ ਕੈਬਨਿਟ ਦੇ ਵਿੱਚ ਮੋਰ ਲੱਗ ਸਕਦੀ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ